ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਿਬਤਰਾ ਫਰੋਮ ਟੈਕਨੋ ਸਰਦਾਰ ਜੀ। ਤੋ ਅੱਜ ਮੈਂ ਆਪ ਸਭ ਕੇ ਲਈ ਇੱਕ ਹੋਰ ਕਵਰ ਕਾ ਰਿਵਿਊ ਲੈ ਕਰ ਆਇਆ ਹੂੰ। ਆਊਟਰ ਬਾਕਸ ਕੀ ਤਰਫ ਸੇ ਇਹਨਾਂ ਮੁਝੇ ਤਿੰਨ ਕਵਰ ਭੇਜੇ ਹੈ। ਤੋ ਇਹ ਰਹਾ ਹਮਾਰਾ ਆਊਟਰ ਬਾਕਸ ਡਿਫੈਂਡਰ ਸੀਰੀਜ਼ ਰਗਡ ਪ੍ਰੋਟੈਕਸ਼ਨ। ਆਊਟਰ ਬਾਕਸ ਕੀ ਸਰਟੀਫਾਈਡ ਹੈ ਡ੍ਰੌਪ ਪ੍ਰੋਟੈਕਸ਼ਨ, ਠੀਕ ਹੈ। ਤੋ ਯਹਾਂ ਪਰ ਲਿਖਾ ਗਿਆ ਹੈ। ਤੋ ਇਸਕੀ ਵੀਡੀਓ ਵੀ ਆਪ ਦੇਖ ਸਕਤੇ ਹੈ ਆਊਟਰ ਬਾਕਸ ਕੀ ਤਰਫ ਸੇ। ਔਰ ਯਹਾਂ ਇਸਕੀ ਸਾਈਡ ਮੇ ਇਸਕੀ ਕੁਛ ਇਨਫੋਰਮੇਸ਼ਨ ਦੀ ਗਈ ਹੈ, ਡ੍ਰੌਪ ਪ੍ਰੋਟੈਕਸ਼ਨ, ਡਸਟ, ਸਕਰੈਚ ਔਰ ਟ੍ਰਿਪਲ ਲੇਅਰ ਪ੍ਰੋਟੈਕਸ਼ਨ ਹੈ ਇਸਮੇ, ਔਰ ਸਕਰੀਨ ਪ੍ਰੋਟੈਕਸ਼ਨ ਵੀ ਦੀ ਗਈ ਹੈ, ਔਰ ਬੈਲਟ ਕਲਿੱਪ ਹੋਲਡਰ ਵੀ ਦਿਆ ਗਿਆ ਹੈ। ਯਹਾਂ ਮੈਂ ਆਪਕੋ ਦਿਖਾਤਾ ਹੂੰ ਇਸ ਵੀਡੀਓ ਮੇ। ਔਰ ਯਹਾਂ ਪਰ ਇਸਕੀ ਡਿਫੈਂਡਰ ਸੀਰੀਜ਼ ਰਗਡ ਆਈਫੋਨ 6। ਔਰ ਇਹ ਰਹਾ ਹਮਾਰਾ ਡਿਫੈਂਡਰ ਸੀਰੀਜ਼। ਔਰ ਯਹਾਂ ਪਰ ਬੈਕ ਮੇ ਇਸਕੀ ਮੈਨੂਅਲ ਵਗੈਰਾ ਦੇਖ ਸਕਤੇ ਹੈ। ਤੋ ਚਲੋ ਹਮ ਇਸੇ ਓਪਨ ਕਰ ਲੈਤੇ ਹੈ। ਤੋ ਇਹ ਰਹਾ ਹਮਾਰਾ ਕਵਰ, ਔਰ ਇਸੇ ਹਮ ਐਸੇ ਨਿਕਾਲ ਲੈਤੇ ਹੈ। ਔਰ ਇਹ ਆ ਗਿਆ ਹਮਾਰਾ ਕਵਰ, ਚਲੋ ਹਮ ਬਾਕਸ ਕੋ ਸਾਈਡ ਮੇ ਰੱਖ ਲੈਤੇ ਹੈ। ਔਰ ਇਹ ਰਹਾ ਹਮਾਰਾ ਕਵਰ, ਤੋ ਬਹੁਤ ਹੀ ਅੱਛੇ ਕਲਰ ਕੇ ਸਾਥ ਆਤਾ ਹੈ। ਔਰ ਚਲੋ ਹਮ ਇਸੇ ਨਿਕਾਲ ਲੈਤੇ ਹੈ। ਇੱਕ ਬਾਕਸ ਮੈਂ ਆਪਕੋ ਇੱਕ ਇਸਕਾ ਇਹ ਵਾਰੰਟੀ ਕਾਰਡ ਵਗੈਰਾ ਮਿਲਤਾ ਹੈ। ਇਹ ਕਵਰ ਬੈਲਟ ਕਲਿੱਪ ਹੋਲਡਰ ਕੇ ਸਾਥ ਆਤਾ ਹੈ, ਜੋ ਕਿ ਇਹ ਰਹਾ, ਇਹ ਇੱਕ ਬੈਲਟ ਕਲਿੱਪ ਹੋਲਡਰ ਹੈ। ਤੋ ਇਹ ਬਹੁਤ ਹੀ ਅੱਛੀ ਪ੍ਰੋਟੈਕਸ਼ਨ ਦੇਗਾ। ਔਰ ਯਹਾਂ ਪਰ ਆਪਕੋ ਕਲਿੱਪ ਦੀ ਗਈ ਹੈ, ਜੋ ਕਿ ਬੈਲਟ ਕੇ ਸਾਥ ਲੱਗ ਜਾਏਗੀ। ਔਰ ਇਹ ਰਹਾ ਹਮਾਰਾ ਕਵਰ। ਤੋ ਚਲੋ ਹਮ ਆਪ ਇਸੇ ਆਪਣੇ ਫੋਨ ਪਰ ਅਪਲਾਈ ਕਰ ਲੈਤੇ ਹੈ। ਯਹਾਂ ਪਰ ਇਸਕੋ ਸਾਈਡ ਮੇ ਰੱਖ ਲੈਤੇ ਹੈ ਬਾਕੀ ਚੀਜ਼ੋਂ ਕੋ। ਕਵਰ ਕੋ ਨਿਕਾਲਨੇ ਕੇ ਲੀਏ ਆਪਕੋ ਕਰਨਾ ਇਹ ਹੋਗਾ ਕਿ ਆਪਕੋ ਨੀਚੇ ਦੀਏ ਗਏ ਹੋਲਸ ਕੋ ਓਪਨ ਕਰਨਾ ਹੋਗਾ, ਠੀਕ ਹੈ। ਪੂਰੀ ਰਬੜ ਬਿਲਡ ਹੈ, ਬਾਹਰ ਰਬੜ ਹੈ ਸਾਰੀ। ਔਰ ਯਹਾਂ ਸੇ ਇਸਕੋ ਖਿੱਚਣਾ ਹੋਗਾ, ਨਿਕਾਲਨੇ ਕੇ ਬਾਅਦ ਖਿੱਚਣਾ ਹੋਗਾ ਔਰ ਥੋੜ੍ਹਾ ਜਿਹਾ ਜ਼ੋਰ ਲਗਾਉਣਾ ਹੋਗਾ। ਔਰ ਉਸਕੇ ਬਾਅਦ ਆਪਕੋ ਯਹਾਂ ਪਰ ਇਹ ਖੁੱਲ ਜਾਏਗਾ। ਯਹਾਂ ਪਰ ਆਪਕੋ ਇੱਕ ਗਾਰਡ ਦਿਆ ਗਿਆ ਹੈ, ਯਹਾਂ ਪਰ ਵੀ ਦੇ ਗਿਆ, ਯਹਾਂ ਪਰ ਨਹੀਂ ਦਿਆ ਗਿਆ ਕੈਮਰੇ ਕੀ ਹੋਲ ਕੀ ਤਰਫ। ਔਰ ਯਹਾਂ ਪਰ ਆਪਕੋ ਇੱਕ ਸਕਰੀਨ ਪ੍ਰੋਟੈਕਸ਼ਨ ਦੀ ਗਈ ਹੈ। ਤੋ ਇਸਕੋ ਅਬ ਖੋਲਨੇ ਕੇ ਲੀਏ ਆਪਕੋ ਕਰਨਾ ਇਹ ਹੈ ਕਿ ਆਪਕੋ ਯਹਾਂ ਸਾਈਡ ਸੇ ਇਸਕੋ ਓਪਨ ਕਰਨਾ ਹੈ। ਯਹਾਂ ਸੇ ਉੱਪਰ ਵੀ ਆਪਕੋ ਇੱਕ ਕਲਿੱਪ ਦਿਆ ਗਿਆ। ਤੋ ਇਹ ਹਮਾਰਾ ਕਵਰ ਪੂਰਾ ਓਪਨ ਹੋ ਗਿਆ ਹੈ, ਇਹ ਹਮਾਰਾ ਫੋਨ ਹੈ। ਤੋ ਚਲੋ ਹਮ ਆਪਣਾ ਫੋਨ ਰੱਖ ਲੈਤੇ ਹੈ ਯਹਾਂ ਪਰ। ਔਰ ਇਹ ਆ ਗਿਆ ਹਮਾਰਾ ਫੋਨ, ਔਰ ਇਸਕੋ ਰੱਖ ਲੈਤੇ ਹੈ ਯਹਾਂ ਪੇ। ਇਸੇ ਬਸ ਆਪ ਥੋੜ੍ਹਾ ਸਾ ਇਸ ਪਰ ਪ੍ਰੈਸ ਕੀਜੀਏ, ਜੈਸੇ ਇਸਕੇ ਲੋਕਸ ਲੱਗ ਜਾਏ ਸਾਰੇ ਲੋਕਸ ਲੱਗਣੇ ਕੇ ਬਾਅਦ ਆਪਕੋ ਕਰਨਾ ਇਹ ਹੈ ਕਿ ਆਪਕੋ ਫੋਨ ਲੈਣਾ ਹੈ ਔਰ ਉੱਪਰ ਸੇ ਸਲਾਈਡ ਕਰ ਦੇਣਾ ਹੈ, ਔਰ ਯਾ ਸਾਈਡ ਸੇ ਸਾਰਾ ਉੱਪਰ ਇਸਕੇ ਚੜਾ ਦੇਣਾ ਹੈ। ਔਰ ਯਹਾਂ ਆਪ ਦੇਖ ਸਕਤੇ ਹੈ ਕਿ ਆਪਕੇ ਇਸ ਫੋਨ ਕੋ ਪੂਰੀ ਪ੍ਰੋਟੈਕਸ਼ਨ ਮਿਲ ਗਈ ਹੈ। ਔਰ ਇਹ ਦੇਖ ਲਈਏ ਟੱਚ ਵੀ ਸਮੂਥ ਚੱਲ ਰਹੀ ਹੈ। ਯਹਾਂ ਪਰ ਆਪਕੋ ਪਰਫੈਕਟ ਹੋਲਸ ਦੀਏ ਗਏ ਹੈ, ਆਪ ਦੇਖ ਸਕਤੇ ਹੈ ਪਰਫੈਕਟ ਹੋਲਸ ਹੈ। ਔਰ ਇਹ ਰਹਾ ਹਮਾਰਾ ਇਸਕਾ ਇਹ ਸਪੀਕਰ, ਚਲੋ ਯਹਾਂ ਆਪ ਸਾਈਡ ਪਰ ਵੀ ਦੇਖ ਸਕਤੇ ਹੈ। ਯਹਾਂ ਪਰ ਆਪਕੋ ਬੈਲਟ ਕੀ ਪ੍ਰੋਟੈਕਸ਼ਨ ਕਾ ਹੈ, ਮੈਂ ਆਪਕੋ ਦਿਖਾਤਾ ਹੂੰ ਇੱਕ ਮਿੰਟ। ਬੈਲਟ ਪ੍ਰੋਟੈਕਸ਼ਨ ਕਾ ਲੋਕ ਹੈ, ਔਰ ਯਹਾਂ ਆਪਕਾ ਲੋਕ ਬਟਨ ਹੈ, ਯਹਾਂ ਸੇ ਆਪ ਇਸੇ ਲੋਕ ਵਗੈਰਾ ਕਰ ਸਕਤੇ ਹੈ। ਯਹਾਂ ਆਪਕਾ ਸਪੀਕਰ ਵਗੈਰਾ ਮੋਡਿਊਲ ਦਿਆ ਗਿਆ ਹੈ, ਔਰ ਬੈਕ ਸਾਈਡ ਪਰ ਆਪਕੋ ਐਪਲ ਕਾ ਲੋਗੋ ਦਿਖ ਜਾਤਾ ਹੈ, ਔਰ ਆਪਕਾ ਇਹ ਮਿਲ ਜਾਤਾ ਹੈ। ਔਰ ਯਹਾਂ ਪਰ ਵੋਲਿਊਮ ਕੰਟਰੋਲਸ ਦੀਆਂ ਗਏ ਹੈ, ਔਰ ਯਹਾਂ ਪਰ ਅਲਰਟ ਬਟਨ ਹੈ, ਇਹ ਦੇਖ ਲੀਜੀਏ। ਬਹੁਤ ਹੀ ਅੱਛਾ ਪ੍ਰੀਮੀਅਮ ਲੁੱਕ ਆਤਾ ਹੈ ਇਸ ਕਵਰ ਕੋ ਡਾਲਨੇ ਕੇ ਲੀਏ। ਪਰ ਇਹ ਥੋੜ੍ਹਾ ਸਾ ਭਾਰੀ ਹੋ ਜਾਤਾ ਹੈ, ਪਰ ਆਪਕੇ ਫੋਨ ਕੋ ਇੱਕ ਬਹੁਤ ਹੀ ਇੱਕ ਅੱਛੀ ਸੀ ਪ੍ਰੋਟੈਕਸ਼ਨ ਦਿੱਤਾ ਹੈ। ਮੁਝੇ ਤੋ ਕਵਰ ਇਹ ਬਹੁਤ ਹੀ ਇੱਕ ਅੱਛਾ ਲਗਾ, ਔਰ ਇਸ ਕਵਰ ਕੇ ਫੋਨ ਕੇ ਅੰਦਰ ਗਲਾਸ ਗਾਰਡ ਪਹਿਲੇ ਸੇ ਲਗਾ ਹੋਇਆ ਹੈ। ਮੈਂ ਆਪਕੋ ਬੈਲਟ ਕੀ ਪ੍ਰੋਟੈਕਸ਼ਨ ਵੀ ਲਗਾ ਕੇ ਦਿਖਾ ਦਿੱਤਾ ਹੂੰ ਕੈਸੇ ਲੱਗਤੀ ਹੈ। ਤੋ ਹਮ ਇਸਕੀ ਸਕਰੀਨ ਆਫ ਕਰ ਦਿੱਤੇ ਹੈ, ਔਰ ਇਹ ਹਮਾਰਾ ਕਵਰ ਆਇਆ। ਔਰ ਬਸ ਆਪਕੋ ਇਸ ਪਰ ਰੱਖਣਾ ਹੈ ਯਹਾਂ ਦੋਨੋਂ ਪਰ, ਔਰ ਇਹ ਆਪਕੀ ਬੈਲਟ ਕੀ ਪ੍ਰੋਟੈਕਸ਼ਨ ਹੋ ਜਾਏਗੀ। ਬੈਲਟ ਕਲਿੱਪ ਹੋਲਡਰ ਹੈ, ਔਰ ਯਹਾਂ ਸੇ ਆਪ ਆਪਣੀ ਬੈਲਟ ਪਰ ਲਟਕਾ ਸਕਤੇ ਹੈ ਬੜੀ ਹੀ ਆਸਾਨੀ ਸੇ। ਔਰ
आज की इस वीडियो में बस इतना ही। आप इस वीडियो को लाइक शेयर और कमेंट जरूर कीजिए और मेरे चैनल को सब्सक्राइब जरूर कीजिए और मेरे फेसबुक पेज को लाइक कीजिए। सत श्री अकाल।